ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਦੁਬਲੀ ਵਿਖੇ ਦੇਰ ਰਾਤ ਡੀਜੇ ਤੇ ਨੱਚਦੇ ਸਮੇਂ ਗਾਣਾ ਬਦਲਣ ਨੂੰ ਲੈ ਕੇ ਹੋਏ ਤਕਰਾਰ ਦੇ ਦੌਰਾਨ ਝਗੜੇ ਦੇ ਵਿੱਚ ਇੱਕ ਨੌਜਵਾਨ ਦੀ ਇੱਟ ਵੱਜਣ ਦੇ ਨਾਲ ਮੌਤ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਵਿਅਕਤੀ ਦੀ ਮਾਤਾ ਨੇ ਦੱਸਿਆ ਕਿ ਉਸਦੇ ਪੋਤਰੇ ਅਰਸ਼ਦੀਪ ਸਿੰਘ ਦਾ ਵਿਆਹ ਸੀ। ਹੁਣ ਤੋਂ ਬਾਅਦ ਉਹ ਸ਼ਗਨ ਵਿਹਾਰ ਕਰਨ ਲੱਗ ਪਏ ਤਾਂ ਇਸੇ ਦੌਰਾਨ ਅਰਸ਼ਦੀਪ ਸਿੰਘ ਦੇ ਮਾਮੇ ਦੇ ਲੜਕੇ ਡੀਜੇ ਤੇ ਨੱਚ ਰਹੇ ਸੀ ਤਾਂ ਇੰਨੇ ਦੇ ਵਿੱਚ ਗਾਣਾ ਬਦਲਣ ਨੂੰ ਲੈ ਕੇ ਸੁਖਵਿੰਦਰ ਸਿੰਘ ਤੇ ਹੀਰਾ ਸਿੰਘ ਗੁਆਂਢ ਦੇ ਵਿੱਚ ਰਹਿੰਦੇ ਵਿਅਕਤੀਆਂ ਦੇ ਵਿੱਚ ਤਕਰਾਰ ਹੋਈ। ਇਸੇ ਤਕਰਾਰ ਦੇ ਦੌਰਾਨ ਦੂਜੀ ਧਿਰ ਦੇ ਵੱਲੋਂ ਇੱਟਾਂ ਰੋੜੇ ਚਲਾਉਣੇ ਸ਼ੁਰੂ ਕਰ ਦਿੱਤੇ ਗਏ। ਇਸੇ ਦੌਰਾਨ ਉਸਦਾ ਲੜਕਾ ਸਤਨਾਮ ਸਿੰਘ ਲੜਾਈ ਕਰ ਰਹੇ ਵਿਅਕਤੀਆਂ ਨੂੰ ਛੁਡਵਾਉਣ ਦੇ ਲਈ ਅੱਗੇ ਆਇਆ ਤਾਂ ਉਹਨਾਂ ਦੇ ਗੁਆਂਢ ਦੇ ਵਿੱਚ ਰਹਿੰਦੇ ਵਿਅਕਤੀਆਂ ਦੇ ਵੱਲੋਂ ਸਿੱਧੀਆਂ ਇੱਟਾਂ ਮਾਰੀਆਂ ਗਈਆਂ, ਜਿਨ੍ਹਾਂ ਦੇ ਵਿੱਚੋਂ ਇੱਕ ਇੱਟ ਸਤਨਾਮ ਸਿੰਘ ਦੇ ਸਿਰ ਦੇ ਵਿੱਚ ਲੱਗੀ ਹੈ ਤੇ ਸਤਨਾਮ ਸਿੰਘ ਦੀ ਮੌਕੇ ਤੇ ਮੌਤ ਹੋਈ ਹੈ। ਪੀੜਤ ਪਰਿਵਾਰ ਦੇ ਵੱਲੋਂ ਇਨਸਾਫ਼ ਦੀ ਮੰਗ ਕੀਤੀ ਗਈ ਹੈ। ਕੀ ਫਤਿਹ ਜੀ? ਕੀ ਨਾਮ ਭਾਈ ਆਪਣਾ? ਰਾਮ ਸਿੰਘ ਜੀ। ਕੀ ਗੱਲ ਹੋਈ ਆ ਇੱਕ ਜਣੇ ਦੀ ਮੌਤ ਹੋ ਗਈ ਤੇ? ਜੀ ਇਸ ਤਰ੍ਹਾਂ ਹੋਇਆ ਵੀ ਵਿਆਹ ਕੇ ਅਸੀਂ ਲੜਕੀ ਨੂੰ ਲੈ ਕੇ ਆਏ ਘਰੇ, ਮੁੰਡੇ ਨੂੰ ਵਿਆਹ ਕੇ ਗਈ। ਹਾਂਜੀ। ਰਾਤ ਡੀਜੇ ਲੱਗਾ ਹੈ ਤੇ ਗਾਣੇ ਤੋਂ ਲੜਾਈ ਪਈ ਆ ਜੀ। ਸੁਖਵਿੰਦਰ ਸਿੰਘ ਨੇ ਇਹ ਗੱਲ ਕਹੀ ਆ ਵੀ ਹੁਣ ਆਪਾਂ ਬਥੇਰਾ ਭੰਗੜਾ ਪਾ ਲਿਆ ਤੇ ਕੁੜੀਆਂ ਨੂੰ 2 ਮਿੰਟ ਟਾਈਮ ਦੇ ਦਈਏ। ਇੱਥੋਂ ਲੜਾਈ ਵੱਧ ਗਈ ਆ ਜੀ। ਗੱਲ ਕੌਣ ਪਏ ਬੰਦੇ? ਮੁੰਡੇ ਦੇ ਨਾਨਕੇ ਪਏ ਆ ਜੀ ਗੱਲ। ਕਿੱਥੋਂ ਦੇ ਹੀ ਰਹਿਣ ਵਾਲੇ? ਇਹ ਜਿਹੜਾ ਜਸਪਾਲ ਮਸੀਹ ਆ ਉਹ ਸਭਰਾਵਾਂ ਰਹਿੰਦਾ ਵਾ ਤੇ ਜਿਹੜੇ ਉਹਦੇ ਭਤੀਜੇ ਉਹ ਖਾਲੜੇ ਰਹਿੰਦੇ ਆ। ਸਾਡਾ ਇਹਨਾਂ ਇੱਕ ਘਰ ਬਰਬਾਦ ਕਰ ਦਿੱਤਾ ਜੀ, ਅਸੀਂ ਇਸ ਵਾਸਤੇ ਬਿਆਨ ਦੇਣਾ ਚਾਹੁੰਦੇ ਹਾਂ ਵੀ ਅਗਲੇ ਕਿਸੇ ਹੋਰ ਦਾ ਘਰ ਬਰਬਾਦ ਨਾ ਕਰ ਦਿੰਦੇ ਹੋਣ। ਕਿੰਨੇ ਜਣੇ ਟੋਟਲ ਆਏ ਜਦੋਂ? ਕਰੀਬਨ 10-11 ਜਣੇ ਸੀ। ਇਕੱਲੇ ਇਹਨਾਂ ਦੀ ਡੈਥ ਹੋਈ ਆ ਕਿ ਸੱਟ ਪੇਟ? ਨਹੀਂ, ਸਤਨਾਮ ਸਿੰਘ ਦੀ ਪੁੱਤਰ ਕਾਲਾ ਸਿੰਘ ਦੀ ਡੈਥ ਹੋਈ ਆ ਜੀ। ਤੇ ਸੱਟ ਪੇਟ ਵੀ ਲੱਗੀ ਕਿਸੇ ਦੇ? ਸੱਟ ਸਿਰ 'ਚ ਲੱਗੀ ਆ, ਨਲਾਂ 'ਚ ਸੱਟਾਂ ਲੱਗੀਆਂ ਇਹਦੇ। ਨਹੀਂ ਨਹੀਂ, ਹੋਰ ਵੀ ਕਿਸੇ ਦੇ? ਹੋਰ ਸੁਖਵਿੰਦਰ ਸਿੰਘ ਦੇ ਸਾਰੇ ਪਰਿਵਾਰ ਤੇ ਲੱਗੀਆਂ ਸੱਟਾਂ, ਉਹਦੀ ਕੁੜੀ ਜਿਹੜੀ ਅੰਮ੍ਰਿਤਸਰ ਦਾਖਲ ਆ ਜੀ, ਬਹੁਤ ਸੀਰੀਅਸ ਆ ਜੀ। ਤੇ ਕੋਈ ਪੁਲਿਸ ਨੂੰ ਇਤਲਾਹ ਦਿੱਤੀ ਤੁਸੀਂ? ਪੁਲਿਸ ਨੂੰ ਰਾਤ ਦੀ ਇਤਲਾਹ ਦਿੱਤੀ ਹੈ, ਸਾਡੀ ਜਿਹੜੀ ਡੈਥ ਬਾਡੀ ਆ ਜਿਹੜੀ ਉਹ ਰਾਤ ਦੀ ਅਸੀਂ ਜਮ੍ਹਾਂ ਕਰਵਾ ਕੇ ਆਏ ਸਰਕਾਰੀ ਹਸਪਤਾਲ ਠੰਡਦਾਰ ਦੇ ਨਾਲ ਲੈ ਕੇ। ਕੀ ਮੰਗ ਕਰੋਗੇ ਹੁਣ? ਮੰਗ ਜੇ ਸਾਨੂੰ ਇਨਸਾਫ਼ ਹੋਣਾ ਚਾਹੀਦਾ ਸਾਡੇ ਬੱਚੇ ਦਾ ਜੀ। ਕੀ ਨਾਂ ਕੀ ਤੁਹਾਡਾ ਜੀ? ਮੇਰਾ ਨਾਂ ਪਲਵਿੰਦਰ ਕੌਰ। ਤੇ ਕੀ ਗੱਲ ਹੋਈ ਰਾਤ ਤੁਹਾਡੇ ਮੁੰਡੇ ਦਾ ਵਿਆਹ ਸੀ ਜਾਂਦੇ? ਹਾਂਜੀ ਭਾਜੀ, ਮੇਰੇ ਮੁੰਡੇ ਦਾ ਵਿਆਹ ਸੀ ਤੇ ਮੈਨੂੰ ਤੇ ਮੈਂ ਤੇ ਪਰਵਾਂ ਰੋਟੀ ਪਾਣੀ ਫੜਾਉਣ ਡਈ ਆ ਤੇ ਮੈਨੂੰ ਨਹੀਂ ਪਤਾ ਕਿਹੜੀ ਗੱਲੋਂ ਲੜੇ ਲੜੇ ਆ ਤੇ ਇਹਨਾਂ ਦੂਜਾ ਮਾਰਾ ਉਧਰ ਉਧਰ ਹੀ ਡਾਂਗੋ ਡਾਂਗ ਹੋਏ, ਰੋੜੇ ਰੱਪੇ ਹੋਏ ਆ। ਉਹਨਾਂ ਨੇ ਮੁੰਡੇ ਸੱਦ ਲਏ, ਗੁੰਡੇ ਸੱਦ ਲਏ ਆ। ਕਿਹਨਾਂ ਨੇ ਸੱਦੇ ਆ? ਗੁੰਡੇ ਸਾਡੇ ਗਵਾਂਢੀਆਂ ਨੇ ਸੱਦੇ ਆ। ਕੀ ਨਾਂ ਉਹਨਾਂ ਦਾ? ਉਹਨਾਂ ਦਾ ਨਾਂ ਹੈ ਸੁਖਵਿੰਦਰ ਸਿੰਘ। ਹਾਂਜੀ। ਉਹਨਾਂ ਗੁੰਡੇ ਸੱਦ ਕੇ ਤੇ ਮੇਰੇ ਘਰ ਨੂੰ ਪੈ ਗਏ, ਨਾਲੇ ਮੋਟਰਸਾਈਕਲ ਭੰਨਿਆ, ਨਾਲੇ ਅੱਗ ਲਾਉਣ ਲੱਗੇ ਸੀ ਤੇ ਮੇਰੇ ਭਰਾਵਾਂ ਭਤੀਆਂ ਨੇ ਸੱਟਾਂ ਲਾਤੀਆਂ ਇਹਨਾਂ ਨੇ। ਇੱਕ ਜਣੇ ਦੀ ਕਹਿੰਦੇ ਡੈਥ ਵੀ ਹੋ ਗਈ ਆ? ਇੱਕ ਮੇਰੇ ਦਿਓਰ ਵਿਚਾਰਾ, ਉਹਦੇ ਦਾਦੇ ਦੀ ਦੁੱਖ ਕਰਤੀ, ਇਹਨਾਂ ਨੇ ਪਤਾ ਵੀ ਰੋੜਾ ਉਹਨੇ ਕਿੰਨੇ ਮਾਰਿਆ ਤੇ ਕਿੰਨੇ ਨਹੀਂ ਮਾਰੇ। ਕਿੰਨੇ ਜਣੇ ਸੀ ਇਹਨਾਂ ਨੇ ਰੋੜੇ ਚਲਾਏ? ਜਰੋੜੇ ਜਦ ਬਹੁਤ ਬੰਦਾ ਬੁੱਢੀ ਸੀ, ਬਹੁਤ ਬੰਦਾ ਸੀ। ਇਹਨਾਂ ਦਾ ਫਿਰ ਸਿਰ ਤੇ ਲੱਗੀ ਸੱਟ? ਹਾਂ, ਇਹਨਾਂ ਦੇ ਸਿਰ ਤੇ ਲੱਗੀ ਸੱਟ। ਕੋਈ ਹੋਰ ਵੀ ਦਾਖਲਾ? ਕੋਈ ਦਾਖਲ ਤੇ ਨਹੀਂ, ਕੋਈ ਵੀ ਹੈ ਅਜੇ ਕਰਾਇਆ ਤੇ ਉਹ ਵਿਚਾਰੇ ਅਜੇ ਭੱਜੀ ਫਿਰਦੇ ਆਪਦਾ। ਜਿਨ੍ਹਾਂ ਤੁਸੀਂ ਦੋਸ਼ ਲਾਉਂਦੇ ਉਹ ਕਹਿੰਦੇ ਕਿ ਸਾਡੀ ਕੁੜੀ ਜਿਹੜੀ ਉਹ ਵੀ ਦਾਖਲਾ ਅੰਮ੍ਰਿਤਸਰ, ਉਹ ਹੋਸ਼ ਨਹੀਂ ਕਰਨ ਦੀ, ਕੀ ਸੱਚ ਆ ਕਿ ਝੂਠਾ? ਉਹ ਮੈਂ ਨਹੀਂ ਵੀਰੇ ਪੁੱਛਿਆ ਜਾ ਕੇ ਵੀ ਤੁਹਾਡੀ ਕੁੜੀ ਹਸਪਤਾਲ ਆ ਕਿਸ ਤਰ੍ਹਾਂ, ਨਾ ਮੈਂ ਗਈ ਆ ਘਰੇ, ਮੈਂ ਤੇ ਇਤਨੇ ਰੋਂਦੀ ਖਪਣ ਡਈ ਰਾਤ ਦੀ। ਕੁਝ ਵਿਅਕਤੀਆਂ ਦਾ ਇਹ ਕਹਿਣਾ ਵਾ ਕਿ ਜਿਹੜੇ ਵਿਆਹ ਵਾਲੇ ਲੜਕੇ ਦੇ ਮਾਮੇ ਸੀਗੇ ਉਹਨਾਂ ਦੇ ਨਾਲ ਲੜਾਈ ਹੋਈ ਹੈ। ਹਾਂ, ਉਹਨਾਂ ਨਾਲ ਲੜਾਈ ਹੋਈ ਹੈ। ਕਿਹੜੀ ਗੱਲ ਤੋਂ? ਤੁਹਾਡੇ ਨਾਲ ਮਤਲਬ ਕਿ ਡੈਥ ਕਿਸੇ ਹੋਰ ਦੀ ਹੋਈ ਆ? ਲੜਾਈ ਤੁਹਾਡੇ ਬ੍ਰਦਰ ਦੇ ਨਾਲ? ਮੇਰੇ ਦਿਓਰ ਦੀ ਡੈਥ ਹੋਈ ਹੈ, ਸਕਾ ਮੇਰਾ ਦਿਓਰ। ਹਾਂਜੀ, ਤੁਹਾਡੇ ਭਰਾਵਾਂ ਦਾ ਕੀ ਰੋਲ ਹੈਗਾ ਸੀਗਾ ਵਿੱਚ? ਉਹਨਾਂ ਦਾ ਰੋਲ ਕੋਈ ਨਹੀਂ, ਭੰਗੜਾ ਪਾਉਂਦਾ ਹੈ ਵੀਰ। ਕੀ ਮੰਗ ਕਰੋਗੇ ਹੁਣ? ਮੰਗ ਕੀ ਪੈਣਾ ਤਾਂ ਰਾਜੀਨਾਮਾ ਹੋ ਜਾਵੇ ਤੇ ਮੰਗ ਕੀ ਉਹਨਾਂ ਨੇ ਮੰਗ ਕੇ ਗਰੀਬੀ ਦਾ ਵਾ। ਕਿੰਦਰ ਕੌਰ।
ਜੇਲ ਪੱਕੀ ਚਾਹੀਦੀ ਕਿ ਜੇਲ ਚ ਪੱਕੇ ਜਿਹੜੇ ਰਹਿਣ ਕਿ ਜਿਹੜੇ ਨਿਕਲਣ ਨਾ ਹੁਣ ਬੰਦੇ ਨਾਨਕਿਆਂ ਤੋਂ ਹੀ ਗੇ ਜਾਣਦੇ ਨੀ ਇੰਨੇ ਜਾਣਿਆਂ ਨੂੰ ਕਿਸੇ ਨੂੰ ਵੀ ਮੈਂ ਵਾਹਵਾ ਜਾਣੇ ਕੋਠੇ ਤੇ ਚੜਿਆ ਹੀ ਅਸੀਂ ਦੋਵੇਂ ਖਲੋਤੇ ਹਾਂ ਬਸ ਹੋਰ ਕੋਈ ਨੀ ਹੈਗਾ ਗਲੀ ਦੇ ਵਿਚ ਹੁਣ ਕੀ ਮੰਗ ਕਰੋਗੇ ਇਹ ਇਨਸਾਫ ਹੀ ਚਾਹੀਦਾ ਮੈਨੂੰ ਬਸ ਆਗਰਾ ਚਵਾੜਾ ਕੱਢ ਲਿਆ ਅੱਗ ਲਾ ਕੇ ਸਾਡੇ ਲੀੜੇ ਲੂੜੇ ਸਾੜ ਤੇ ਇਹਨਾਂ ਨੇ ਮੁੜ ਕੇ ਸਾਡੇ ਬੰਦਿਆਂ ਨੂੰ ਇਹਨਾਂ ਨੇ ਫੜ ਲਿਆ ਮੈਂ ਇਹਨੂੰ ਇਹਨਾਂ ਨੇ ਗਲੀ ਚ ਸੁੱਟ ਲਿਆ ਮੇਰੇ ਡਾਂਗਾ ਮਾਰੀ ਗਏ ਕਿੰਨੇ ਜਾਣੇ ਤੁਹਾਡੇ ਘਰੇ ਸਾਡੇ ਸਾਰੇ ਤਿੰਨੇ ਜਾਣੇ ਅੰਬਰਸਰ ਲੈ ਗਏ ਕਿੰਨੇ ਜਾਣੇ ਤਿੰਨ ਜਾਣੇ ਹਾਂਜੀ